ਇਹ ਵਿਥਿਆ ਹੈ ਉਸ ਵੇਲੇ ਦੀ ਮੰਜ਼ਰ ਹੈ ਉਸ ਪਾਪਾਂ ਭਰੀ ਘੜੀ ਦਾ ਜਦੋਂ ਸੂਬੇ ਸਰਹੰਦ ਦੇ ਹੁਕਮ ਤੇ ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੀਹਾਂ ਵਿੱਚ ਚਿਣਿਆ ਜਾ ਰਿਹਾ ਸੀ। ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੀ ਉਮਰ ਮਸਾਂ 6 ਕੁ ਸਾਲਾਂ ਦੀ ਸੀ ਆਪਣੇ ਵੱਡੇ ਵੀਰ ਬਾਬਾ ਜ਼ੋਰਾਵਰ ਸਿੰਘ ਨੂੰ ਹੱਸ ਕੇ ਅੱਜ ਆਪਣੇ ਨਿੱਕੇ ਹੋਣ ਦਾ ਫਾਇਦਾ ਦੱਸਦੇ ਨੇ ਕਿ ਵੱਡੇ ਵੀਰ ਜੀ ਤੁਸੀਂ ਮੈਨੂੰ ਨਿੱਕਾ ਨਿੱਕਾ ਕਹਿੰਦੇ ਸੀ ਪਰ ਅੱਜ ਮੈਂ ਤੁਹਾਨੂੰ ਪਿੱਛੇ ਛੱਡ ਜਾਣਾ। ਇਹ ਹਾਲ ਦੇਖ ਕੇ ਇਹ ਚਾਹ ਦੇਖ ਕੇ ਇਹ ਗੱਲਾਂ ਸੁਣ ਕੇ ਰੂਹ ਕੰਬਦੀ ਆ। ਛੋਟਾ ਵੀਰ ਆਪਣੇ ਵੱਡੇ ਵੀਰ ਨੂੰ ਆਖਰੀ ਇੱਟ ਲੱਗਣ ਤੋਂ ਪਹਿਲਾਂ ਕੀ ਆਖਦਾ ਹੈ? ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਛੋਟਾ ਛੋਟਾ ਕਹਿ ਕੇ ਮੈਨੂੰ ਤਾੜਦੇ ਸੀ ਹੁੰਦੇ ਤੁਸੀਂ ਵੱਡੇ ਹੋਣ ਦਾ ਜੀ ਰੋਬ ਮਾਰਦੇ ਸੀ ਹੁੰਦੇ। ਛੋਟਾ ਛੋਟਾ ਕਹਿ ਕੇ ਮੈਨੂੰ ਤਾੜਦੇ ਸੀ ਹੁੰਦੇ ਤੁਸੀਂ ਵੱਡੇ ਹੋਣ ਦਾ ਜੀ ਰੋਬ ਮਾਰਦੇ ਸੀ ਹੁੰਦੇ। ਮੇਰਾ ਮਾਣ ਵਧਾਇਆ ਇਸ ਕੰਧ ਨੇ ਹੋ ਬਣ ਕੇ ਛਿੱਲ ਛਿੱਲ ਇੱਟਾਂ ਦੇ ਤੂੰ ਢੇਰ ਲਾਈ ਜਾਣਾ ਏ। ਕਾਣ ਵਿੰਗ ਲੱਗਦੀ ਜੇ ਮੋਢਾ ਗੋਡਾ ਵੱਢ ਦੇ ਕਾਲੀਆਂ ਨੇ ਸਾਨੂੰ ਤੇ ਤੂੰ ਢੇਰ ਲਾਈ ਜਾਣਾ ਏ। ਅਸੀਂ ਮੋਏ ਸਿੱਖੀ ਜੰਮਣੀਆਂ ਦੁੱਕਣੀ ਉੱਚੀ ਉੱਚੀ ਬੋਲ ਜਾਣਾ ਮੈਂ ਤੁਹਾਡੇ ਨਾਲੋਂ ਪਹਿਲਾਂ ਵੱਡੇ ਵੀਰ ਜੀ ਅੱਜ ਦਾਦਾ ਜੀ ਘਬਰਾਈ ਜਾਣਾ ਸੂਬਿਆ ਕਾਇਰ ਤੂੰ ਕਾਇਰਤਾ ਦਿਖਾਈ ਜਾਣਾ ਸੂਬਿਆ ਮਰਨਾ ਤੇ ਜ਼ਿੰਦਗੀ ਦਾ ਸੱਚ ਫੈਸਲਾ ਏ ਯੋਧਿਆਂ ਨੂੰ ਮੌਤ ਤੋਂ ਡਰਾਈ ਜਾਣਾ ਸੂਬਿਆ ਇਹ ਪਾਪੀਆਂ ਦੇ ਮਹਿਲ ਜਿਹੜੇ ਉੱਚੜੇ ਛੋਟੇ ਕੱਦ ਨਾਲ ਰੋਲ ਜਾਣਾ ਮੈਂ ਤੁਹਾਡੇ ਨਾਲੋਂ ਪਹਿਲਾਂ ਵੱਡੇ ਵੀਰ ਦਾਦਾ ਜੀ ਦੀ ਬੁੱਕਲ ਚ ਵੜੂੰਗਾ ਰੱਜ ਰੱਜ ਦੇਖਣਾ ਤੇ ਬਾਲਾ ਲਾਡ ਕਰੂੰਗਾ ਦਾਦੀ ਜੀ ਦੇ ਦੱਸੂਗਾ ਪਿਆਰ ਦੀਆਂ ਗੱਲਾਂ ਨੂੰ ਉਹਨਾਂ ਨੂੰ ਵੀ ਸੱਦ ਲਵੋ ਕੋਲ ਜ਼ਿੱਦ ਫੜੂੰਗਾ